ਜਦੋਂ ਤੁਸੀਂ ਲੋਕੀ ਜੂਸ ਪੀਣਾ ਤੁਹਾਡੇ ਪੇਟ 'ਚ ਥੋੜੀ ਬਹੁਤੀ ਹਾਜਤ ਸ਼ੁਰੂ ਹੋਣੀ ਹੈ ਉਹਨੂੰ ਤੁਸੀਂ ਟੋਲਰੇਟ ਕਰਨਾ ਹੈ ਪੇਟ ਖਾਲੀ ਹੋ ਰਿਹਾ ਹੁਣ ਲੋਕੀ ਜੂਸ ਆਪਣਾ ਕੰਮ ਕਰ ਰਹੀ ਹੁੰਦੀ ਹੈ ਨਾਲ ਕਿਉਂਕਿ ਉਹਦੇ ਆਮਲਾ ਜੂਸ ਹੈ ਉਹ ਇਹੋ ਜਿਹੇ ਜਿਹੜੇ ਕੰਮ ਹੋ ਰਹੇ ਹੁੰਦੇ ਆ ਲੋਕਾਂ ਨੂੰ ਇਹ ਡਰ ਲੱਗ ਜਾਂਦਾ ਹੈ ਖੈਰ ਵੀ ਪੇਟ ਸਾਫ਼ ਹੋ ਰਿਹਾ ਜੀ ਲੂਸ ਮੂਸ਼ਨ ਆ ਰਹੇ ਲੇਕਿਨ ਨਹੀਂ ਜ਼ਰੂਰੀ ਨਹੀਂ ਹਰ ਇੱਕ ਦਾ ਆਪਣਾ ਆਪਣਾ ਮỆਦਾ ਹੈ ਕਈਆਂ ਨੂੰ ਇਹ ਜ਼ਿਆਦਾ ਉਹਦੇ ਵਿੱਚ 2-3 ਵਾਰੀ ਪੇਟ ਜੇ ਸ਼ੁਰੂ-ਸ਼ੁਰੂ ਚ ਸਾਫ਼ ਹੋਏਗਾ ਬਾਅਦ ਚ 3-4 ਦਿਨ ਬਾਅਦ ਉਹ ਆਟੋਮੈਟਿਕਲੀ ਠੀਕ ਹੋ ਜਾਏਗਾ ਵਾਈ ਬਿਕੋਜ਼ ਲੌਕੀ ਜੂਸ ਐਂਡ ਆਮਲਾ ਜੂਸ ਸਟਾਰਟਸ ਐਕਟ ਡੂਇੰਗ ਦਾ ਐਕਸ਼ਨ ਔਨ ਯਰ ਇੰਟੈਸਟਾਈਨਸ ਪੈਂਕਰੀਆਸ ਨੂੰ ਅਸੀਂ ਦੇਸੀ ਨੁਸਖਿਆਂ ਨਾਲ ਘਰੇਲੂ ਨੁਸਖਿਆਂ ਨਾਲ ਔਰ ਦੇਸੀ ਜਿਹੜਾ ਸਾਡਾ ਡਾਇਟਿਕ ਫਾਰਮੂਲਾ ਨਾਲ ਅਸੀਂ ਤੁਸੀਂ ਸਮਝੋ ਵੀ ਰਿਪੇਅਰ ਹੋ ਜਾਂਦੀ ਹੈ ਰਿਪੇਅਰ ਦਾ ਮਤਲਬ ਪੈਂਕਰੀਆਸ ਜਿਹੜੀ ਇੰਨੀ ਮਾਤਰਾ ਉਹਦੀ ਘਟ ਜਾਂਦੀ ਹੈ ਇਨਸੂਲਿਨ ਬਣਾਉਂਦੀ ਦੁਬਾਰਾ ਫਿਰ ਉਹ ਇਨਸੂਲਿਨ ਬਣਾਉਣ ਲੱਗ ਜਾਂਦੀ ਹੈ ਤਾਂ ਕਿ ਤੁਹਾਨੂੰ ਨਾ ਤੇ ਅੰਗਰੇਜ਼ੀ ਦਵਾਈ ਖਾਣੀ ਪਵੇ ਨਾ ਇਨਸੂਲਿਨ ਲਵਾਉਣੀ ਪਵੇ ਕੋਈ ਇਨਸੂਲਿਨ ਲਵਾਉਣ ਦੀ ਲੋੜ ਨਹੀਂ ਕੋਈ ਮੈਟਫਾਰਮਿਨ ਖਾਣ ਦੀ ਲੋੜ ਨਹੀਂ ਕੋਈ ਐਕਟੋਸ ਜੇਨੀਵਿਆ ਜੈਨੋਮਿਟ ਖਾਣ ਦੀ ਲੋੜ ਨਹੀਂ ਗਲਿਪਜ਼ਾਈਡ ਗਾਂ ਦੀ ਲੋੜ ਨਹੀਂ ਜਦੋਂ ਸਾਡੀ ਤੁਹਾਨੂੰ ਦਵਾਈ ਪਹੁੰਚੀ ਡਾਇਬਟਿਕ ਫਾਰਮੂਲੇ ਦੇ ਨਾਲ ਬੇਸ਼ੱਕ ਉਸੇ ਵੇਲੇ ਬੰਦ ਕਰ ਦਿਓ ਭਾਵੇਂ ਹੌਲੀ ਹੌਲੀ ਬੰਦ ਕਰਦੇ ਤੁਸੀਂ ਯੂਰ ओन ਚੁਆਇਸ ਬਿਕੋਜ਼ ਜੇ ਤੁਸੀਂ ਕ੍ਰੇਲੂ ਨੁਸਖੇ ਕਰੋਗੇ ਐਕਸਰਸਾਈਜ਼ ਕਰੋਗੇ ਸ਼ਰਾਬ ਛੱਡੋਗੇ ਮੋਟਾਪਾ ਘਟਾਓਗੇ ਨਹੀਂ ਤੇ ਇਹਨਾਂ ਕ੍ਰੇਲੂ ਨੁਸਖਿਆਂ ਦੇ ਨਾਲ ਆਪਣਾ ਮੋਟਾਪਾ ਵੀ ਘਟਾ ਸਕਦੇ ਹੋ। ਡਾਇਟਿਸ ਨਾਲ ਵਧੀ ਨਾਲ 슈ਗਰ ਨਾਲ ਕਦੀ ਡੈਥ ਨਹੀਂ ਹੁੰਦੀ। 슈ਗਰ ਘਟ ਹੀ ਨਾਲ ਡੈਥ ਹੁੰਦੀ ਆ। ਥੈਟ ਇਜ਼ ਕਾਲਡ ਹਾਈਪੋਗਲਾਈਸੈਮਿਕ ਸ਼ੌਕ ਜਿੱਦਾਂ ਐਨਫਲੇਕਟਿਕ ਸ਼ੌਕ ਹੁੰਦਾ ਇਸੇ ਤਰ੍ਹਾਂ ਇਹ ਹਾਈਪੋਗਲਾਈਸੈਮਿਕ ਸ਼ੌਕ ਹੋ ਜਾਂਦਾ। ਹਾਈਪੋਗਲਾਈਸ ਜਿੰਨਾਂ ਦਾ 슈ਗਰ ਘੱਟੀ ਹੁੰਦੀ ਉਹਨਾਂ ਲਈ ਹਾਈਪੋਗਲਾਈਸੈਮਿਕ ਪੇਸ਼ੈਂਟਸ ਲਈ ਲਿਕੋਰਾਈਸ ਅੱਛੀ ਚੀਜ਼ ਹੈ। ਲਸਣ 슈ਗਰ ਵਾਲਿਆਂ ਲਈ ਬਲੱਡ ਪ੍ਰੈ मोटापे लसन बहुत अच्छी चीज है खा लो सत श्रीकाल नैचुरल हेल्थ केयर प्रोग्राम में आप सभी प्यारे दर्शकों का बहुत बहुत स्वागत है मैं हूँ डॉक्टर कुमार दिस प्रोग्राम द लास्ट Almost five, six weeks. The name of the program is Supernatural Food for Diabetes. People just note it. We have been doing these programs, these episodes for the last so many years. Every time on each and every episode, I was the one telling you what not to take. And now we have started this program where we tell what you can take. Which are the things which you can take as a food, as a diet? Alphabetically, we have started this program A to Z. As far as I remember, up to the last episode, we have come up to K, and I announced last time that next time we will talk about L. ਪਰਾ ਸੱਜਣ ਮਿੱਤਰ ਮੈਨੂੰ ਪਹਿਲੀ ਵਾਰੀ ਦੇਖ ਰਹੇ ਉਹਨਾਂ ਲਈ ਇਹ ਦੱਸਣਾ ਚਾਹਾਂਗਾ ਕਿ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਸੁਪਰਨੈਚੁਰਲ ਫੂਡ ਫਾਰ ਡਾਇਬੀਟਿਸ ਸ਼ੂਗਰ ਦੇ ਮਰੀਜ਼ਾਂ ਲਈ। ਵੈਸੇ ਹਰ ਬਿਮਾਰੀ ਦਾ ਇਲਾਜ ਅਸੀਂ ਕਰਦੇ ਹਾਂ। ਭਾਵੇਂ ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਕੋਲੇਸਟ੍ਰੋਲ ਹੈ, ਗੁਪਤ ਰੋਗਾਂ ਦੀ ਪ੍ਰੋਬਲਮ ਹੈ। ਜਾਂ ਕੋਈ ਸਿਰ ਦੀ ਪ੍ਰੋਬਲਮ ਹੈ, ਕੋਈ ਰੈਸਪੀਰੇਟਰੀ ਸਿਸਟਮ ਪ੍ਰੋਬਲਮ, ਭਾਵੇਂ ਹੈਡੇਕ ਹੈ, ਮਾਈਗਰੇਨ ਹੈ, ਇਨਸੋਮਨੀ ਹੈ। ਡਿਪਰੈਸ਼ਨ ਹੈ, ਐਂਗਜ਼ਾਇਟੀ ਹੈ, ਸਟ्रेस ਹੈ, ਸਕਿਨ ਪ੍ਰੋਬਲਮ ਹੈ, ਆਰਥਰਾਇਟਸ ਹੈ। ਜੋੜਾਂ ਦੀ ਦਰਦ ਨਾਲ ਰਿਉਮੈਟਾਇਡ ਆਰਥਰਾਇਟਸ ਹੈ, ਆਸਟਿਓ ਆਰਥਰਾਇਟਸ ਹੈ, ਆਸਟਿਓਪੋਰੋਸਿਸ ਹੈ। ਫਾਂਮੀ ਕੋਲਾਈਟਸ ਹੈ, ਐਂਟੈਰੀ ਕੋਲਾਈਟਸ ਹੈ, ਅਲਸਰੇਟਿਵ ਕੋਲਾਈਟਸ ਹੈ। ਬਵਾਸੀਰ ਹੈ, ਕੌਨਸਟਿਪੇਸ਼ਨ ਹੈ, ਮੋਟਾਪਾ। ਹਰ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਤੇ ਮੋਟਾਪਾ ਜਾਂ ਕਬਜ਼। ਖੈਰ ਇਹ ਤੇ ਮੈਂ ਤਾਂ ਦੱਸਿਆ ਪੰਜਾਬੀ ਚ ਕਿ ਕਈ ਸੱਜਣ ਮਿੱਤਰ ਭੈਣ ਭਰਾ ਪਹਿਲੀ ਵਾਰੀ ਦੇਖ ਰਹੇ ਜਸਟ ਟੂ ਲੈਟ them know that we take care of each and everything by the ayurvedic tree. ਵਿਦਆਊਟ ਐਨੀ ਸਾਈਡ ਇਫੈਕਟ ਨੇਚਰਲ ਕੁਦਰਤੀ ਜੜੀ ਬੂਟੀਆਂ ਨਾਲ ਪਲੱਸ ਕਰੇਲੂ ਨੁਸਕੇ ਅੱਜ ਅਸੀਂ ਫੇਰ ਦੁਬਾਰਾ ਗੱਲ ਕਰਨ ਜਾ ਰਹੇ ਹਾਂ ਸ਼ੂਗਰ ਦੇ ਮਰੀਜ਼ਾਂ ਲਈ ਸੁਪਰ ਨੇਚਰਲ ਫੂਡ ਦੇ ਵਿੱਚ ਅਸੀਂ ਇਹ ਤੋਂ ਸ਼ੁਰੂ ਕਰਕੇ ਪਿਛਲੇ ਐਪੀਸੋਡ ਚ ਮੇਰਾ ਖਿਆਲ ਹੈ ਕਿ ਤੱਕ ਜਿਹਦੇ ਚ ਉਸ ਤੋਂ ਪਹਿਲਾਂ ਮੈਂ ਜੇ ਤੱਕ ਜਾਮੁਨ ਤੱਕ ਆਇਆ ਸੀ ਜੰਬ ਜੰਬੋਲਿਨ ਕੇ ਤੇ ਲਾਸਟ ਐਪੀਸੋਡ ਚ ਮੈਂ ਦੱਸਿਆ ਸੀ ਕੈਲਪ ਐਂਡ ਕਲੌਂਜੀ ਗੈਲਪ ਦੇ ਵਿੱਚ ਮੈਂ ਦੱਸਿਆ ਸੀ ਕ੍ਰੋਮੀਅਮ ਹੁੰਦਾ ਕਲੌਨਜੀ ਦੇ ਵਿੱਚ ਮੈਂ ਕਾਫੀ ਡਿਟੇਲਸ ਦੱਸਿਆ ਸੀ ਔਰ ਫਿਰ ਮੈਂ ਦੱਸਿਆ ਅਗਲੇ ਹਫਤੇ ਆਪਾਂ ਗੱਲ ਕਰਾਂਗੇ ਐਲ ਤੇ ਐਲ ਤੇ ਜਿੱਥੋਂ ਮੇਰੇ ਮਾਈਂਡ ਚ ਆ ਗਿਆ ਯਾਦ ਲਿਕੋਰਾਈਸ ਲੋਕੀ ਲਸਣ ਇਹ ਨਾਮ ਹੈ ਉਹੀ ਲੈਣੇ ਜਿਨ੍ਹਾਂ ਨੇ ਤੁਹਾਨੂੰ ਸਮਝ ਆ ਸਕੇ ਅੱਛਾ ਸਭ ਤੋਂ ਪਹਿਲਾਂ ਤੇ ਮੇਰਾ ਖਿਆਲ ਲੋਕੀ ਬਾਰੇ ਗੱਲ ਕੀਤੀ ਜਾਵੇ ਲੋਕੀ ਇੱਕ ਬਹੁਤ ਅੱਛੀ ਚੀਜ਼ ਹੈ ਤਾਨੂੰ ਯਾਦ ਹੋਏਗਾ ਮੈਂ ਦੱਸ ਚੁੱਕਾ ਹਜੇ ਤੱਕ ਤ੍ਰਿਫਲਾ ਜੂਸ, ਕਰੇਲਾ ਜੂਸ, ਜਾਮਨ ਜੂਸ, ਐਲੋਵੇਰਾ ਜੂਸ। ਪਰ ਨਾਲ ਤੁਹਾਨੂੰ ਦੱਸਿਆ ਲੋਕੀ ਜੂਸ। ਲੋਕੀ ਇੱਕ ਐਸੀ ਅੱਛੀ ਚੀਜ਼ ਹੈ। ਸੱਚ ਪੁੱਛੋ ਕਈ ਮਰੀਜ਼ਾਂ ਨੂੰ ਮੈਂ ਜਦੋਂ ਲੋਕੀ ਜੂਸ ਬਾਰੇ ਦੱਸਿਆ ਉਹਨਾਂ ਦੀ 슈ਗਰ ਪਰਮਾਨੈਂਟ ਠੀਕ ਹੋ ਗਈ ਲੋਕੀ ਜੂਸ ਨਾਲ। ਆਈ ਵਾਸ ਸਰਪ੍ਰਾਈਜ਼ਡ ਈਵਨ। ਲੋਕੀ ਦਾ ਕੀ ਕਰਨਾ ਹੈ? ਪਹਿਲਾਂ ਤਾਂ ਇਹਨੂੰ ਤੁਸੀਂ ਚੰਗੀ ਤਰ੍ਹਾਂ ਵਾਸ਼ ਕਰ ਲਓ। ਧੋ ਲਓ। ਔਰ ਫਿਰ ਇਦੇ ਪੀਸ ਤੁਸੀਂ ਛੋਟੇ ਛੋਟੇ ਕਰ ਲੈਣੇ ਲੇਕਿਨ ਉਹਦੇ ਚ ਤੁਸੀਂ ਪਹਿਲਾਂ ਥੋੜਾ ਜਿਹਾ ਇਹਨੂੰ ਲੋਕੀ ਨੂੰ ਟੇਸਟ ਕਰਕੇ ਦੇਖ ਲੈਣਾ ਜੇ ਉਹ ਕੌੜੀ ਹੈ ਤੇ ਫਿਰ ਉਹਦਾ ਜੂਸ ਨਾ ਬਣਾਓ ਜਿਹੜਾ ਲੋਕੀ ਥੋੜੀ ਜਿਹੀ ਮਿਠਾਸ ਤੇ ਆ ਉਹ 슈ਗਰ ਵਾਲੇ ਲਈ ਠੀਕ ਹੈ। ਕ੍ਰੇਲਾ ਜੂਸ ਵੰਗਰ ਇਸ ਹਜੇ ਤੱਕ ਤਾਂ ਮੈਂ ਇਹ ਹੀ ਦੱਸਿਆ ਵੀ ਕੌੜੀ ਚੀਜ਼ ਜੱਗੀ ਹੈ ਜਿੱਦੇ ਮੈਂ ਕਿਹਾ ਨਿੰਮ ਕ੍ਰੇਲਾ ਕੌੜੇ ਠੀਕ ਹੈ। ਲੋਕੀ ਵਿਸਕੀ ਪੀਂਦੇ ਕੌੜੀ ਪਰ ਨੀਮ ਕਰੇਲਾ ਜੂਸ ਤੋਂ ਕਈ ਵਾਰੀ ਡਰਦੇ ਨੇ ਅੱਜ ਮੈਂ ਦੱਸ ਰਿਹਾ ਉਹਨਾਂ ਦੇ ਲਈ ਇਸੇ ਕਰਕੇ ਜੇ ਉਹ ਨੀਮ ਉਹਨਾਂ ਨੂੰ ਕੌੜੀ ਲੱਗਦੀ ਕਰੇਲਾ ਕੌੜਾ ਲੱਗਦਾ ਤੇ ਉਹ ਫਿਰ ਆ ਜਾਣ ਲੋਕੀ ਜੂਸ ਤੇ ਔਰ ਉਹ ਕੌੜੀ ਨਹੀਂ ਲੋਕੀ ਮਿੱਠੀ ਹੋਵੇ ਤਾਂ ਉਹਦਾ ਜੂਸ ਕੱਢਣਾ ਜੂਸ ਦਾ ਤਰੀਕਾ ਇਹ ਹੈ ਕਿ ਤੁਸੀਂ ਉਹਦੇ ਛੋਟੇ-ਛੋਟੇ ਪੀਸ ਕੱਟ ਲਓ ਕੌਲੀ ਇੱਕ ਉਹ ਪੀਸਾਂ ਦੀ ਤੁਸੀਂ ਭਰ ਲਓ 8-10 15 ਪੀਸ ਕੱਟ ਕੇ ਤੁਸੀਂ ਕੌਲੀ ਭਰ ਲਓ ਫਿਰ ਉਹਨੂੰ ਮਿਕਸੀ ਦੇ ਵਿੱਚ ਬੀਟ ਕਰ ਲਓ ਓ ਜੂਸ ਤੁਸੀਂ ਬਣਾ ਕੇ ਉਹਦੇ ਵਿੱਚ ਓਨਾ ਹੀ ਤੁਸੀਂ ਫਿਰ ਜਾਂ 2-3 ਚਮਚੇ ਆਮਲਾ ਜੂਸ ਦੇ ਪਾ ਲਓ। ਲੋਕੀ ਜੂਸ ਪਲੱਸ ਆਮਲਾ ਜੂਸ ਮੇਨ ਇਨਗਰੀਡੀਐਂਟ ਲੋਕੀ। ਲੋਕੀ ਜੂਸ ਜ਼ਿਆਦਾ ਮਾਤਰਾ ਹੋਵੇ। ਨਾਲ ਆਮਲਾ ਜੂਸ ਹੋਵੇ। ਉਹਨੂੰ ਫਿਰ ਤੁਸੀਂ ਬਣਾ ਕੇ ਕੱਪ ਦੇ ਵਿੱਚ ਰੱਖ ਲਓ ਪੁੰਨ ਕੇ। ਕਿ ਜਿਹਨਾਂ ਕੋਲ মিক্সਰ ਹੈ ਜੂਸਰ ਹੈ ਬਲੈਂਡਰ ਹੈ ਜਿੰਦਾ ਮਰਜੀ ਤੁਸੀਂ ਜੂਸਰ ਦੇ ਵਿੱਚ ਵੀ ਕੱਢ ਸਕਦੇ ਹੋ ਨਹੀਂ ਤੇ ਮਿਕਸੀ ਵਿੱਚ ਬੀਟ ਕਰਕੇ ਉਹਦੇ ਵਿੱਚ ਆਮਲਾ ਜੂਸ ਮਿਕਸ ਕਰਕੇ ਉਹਨੂੰ ਫਿਰ ਰੱਖ ਕੇ ਦਿਨ ਚ 2-3 ਵਾਰੀ ਬੇਸ਼ੱਕ ਪੀਓ ਔਰ 1 ਮਹੀਨਾ ਲਗਾਤਾਰ ਪੀਓ ਤੇ 슈ਗਰ ਗਾਇਬ ਪਰਮਾਨੈਂਟਲੀ ਕਿਉਂ ਤੁਸੀਂ ਨੋਟ ਕਰਨਾ ਜਦੋਂ ਤੁਸੀਂ ਲੋਕੀ ਜੂਸ ਪੀਣਾ ਤੁਹਾਡੇ ਪੇਟ ਤੇ ਥੋੜੀ ਬਹੁਤੀ ਹਾਜਤ ਸ਼ੁਰੂ ਹੋਣੀ ਹੈ ਉਹਨੂੰ ਤੁਸੀਂ ਟੋਲਰੇਟ ਕਰਨਾ ਹੈ ਪੇਟ ਖਾਲੀ ਹੋ ਰਿਹਾ ਹੁਣ ਲੋਕੀ ਜੂਸ ਆਪਣਾ ਕੰਮ ਕਰ ਰਹੀ ਹੁੰਦੀ ਹੈ ਨਾਲ ਕਿਉਂਕਿ ਉਹਦੇ ਆਮਲਾ ਜੂਸ ਹੈ ਉਹ ਇਹੋ ਜਿਹੇ ਜਿਹੜੇ ਕੰਮ ਹੋ ਰਹੇ ਹੁੰਦੇ ਆ ਲੋਕਾਂ ਨੂੰ ਇਹ ਡਰ ਲੱਗ ਜਾਂਦਾ ਹੈ ਖੈਰ ਵੀ ਪੇਟ ਸਾਫ ਹੋ ਰਿਹਾ ਜੀ ਲੂਜ਼ ਮੂਸ਼ਨ ਆ ਰਹੇ ਲੇਕਿਨ ਨਹੀਂ ਜ਼ਰੂਰੀ ਨਹੀਂ ਹਰ ਇੱਕ ਦਾ ਆਪਣਾ ਆਪਣਾ ਮỆਦ ਹੈ ਕਈਆਂ ਨੂੰ ਇਹ ਜ਼ਿਆਦਾ ਉਹਦੇ ਵਿੱਚ 2-3 ਵਾਰੀ ਪੇਟ ਜੇ ਸ਼ੁਰੂ-ਸ਼ੁਰੂ ਚ ਸਾਫ ਹੋਏਗਾ ਬਾਅਦ ਚ 3-4 ਦਿਨ ਬਾਅਦ ਉਹ ਆਟੋਮੈਟਿਕਲੀ ਠੀਕ ਹੋ ਜਾਏਗਾ ਵਾਈ ਬਿਕੋਜ਼ ਲੋਕੀ ਜੂਸ ਐਂਡ ਆਮਲਾ ਜੂਸ ਸਟਾਰਟਸ ਐਕਟ ਡੂਇੰਗ ਦ ਐਕਸ਼ਨ ਔਨ ਯੋਰ ਇੰਟੇਸਟਾਈਨਸ ਅੰਤੜੀਆਂ ਦੇ ਵਿੱਚ ਉਹ ਫਿਰ ਉਸ ਟਾਕਸਿਨਸ ਨੂੰ ਬਾਹਰ ਕੱਢ ਰਹੇ ਹੁੰਦੇ ਆ ਮਲ ਨੂੰ ਬਾਹਰ ਕੱਢ ਰਹੇ ਹੁੰਦੇ ਪੇਟ ਸਾਫ਼ ਹੋ ਰਿਹਾ ਹੁੰਦਾ ਔਰ ਪੈਂਕਰੀਆਸ ਆਟੋਮੈਟਿਕਲੀ ਇਨਸੂਲਿਨ ਸਕ੍ਰੀਟ ਕਰਨ ਤੇ ਇੰਪਰੂਵ ਹੋ ਜਾਂਦੀ ਹੈ ਪੈਂਕਰੀਆਸ ਨੂੰ ਅਸੀਂ ਦੇਸੀ ਨੁਸਖਿਆਂ ਨਾਲ ਘਰੇਲੂ ਨੁਸਖਿਆਂ ਨਾਲ ਔਰ ਦੇਸੀ ਜਿਹੜਾ ਸਾਡਾ ਡਾਇਬਟਿਕ ਫਾਰਮੂਲਾ ਨਾ ਤੁਸੀਂ ਤੁਸੀਂ ਸਮਝੋ ਵੀ ਰਿਪੇਅਰ ਹੋ ਜਾਂਦੀ ਹੈ ਰਿਪੇਅਰ ਦਾ ਮਤਲਬ ਪੈਂਕਰੀਆਸ ਜਿਹੜੀ ਐਨੀ ਮਾਤਰਾ ਉਹਦੀ ਘਟ ਜਾਂਦੀ ਹੈ ਇਨਸੂਲਿਨ ਬਣਾਉਂਦੀ ਦੁਬਾਰਾ ਫਿਰ ਉਹ ਇਨਸੂਲਿਨ ਬਣਾਉਣ ਲੱਗ ਜਾਂਦੀ ਹੈ ਤਾਂ ਕਿ ਤੁਹਾਨੂੰ ਨਾ ਤੇ ਅੰਗਰੇਜ਼ੀ ਦਵਾਈ ਖਾਣੀ ਪਵੇ ਨਾ ਇਨਸੂਲਿਨ ਲਵਾਨੀ ਪਵੇ ਅੱਜ ਗੱਲ ਕੀਤੀ ਆਪਾਂ ਐਲ ਤੇ ਐਲ ਤੇ ਮੈਂ ਹਜੇ ਸਿਰਫ ਲੋਕੀ ਦੀ ਗੱਨਾ ਲਿੱਤਾ ਕਿਉਂਕਿ ਮੈਂ ਲੋਕੀ ਜੂਸ ਦੇ ਕਮਾਲ ਕਈ ਲੋਕਾਂ ਨੂੰ ਕਰਕੇ ਦਿਖਾਏ ਔਰ ਇਦਾਂ ਹਜੇ ਹਰ ਪ੍ਰੋਗਰਾਮ ਚ ਮੈਂ ਹਰ ਵਾਰੀ ਤੁਹਾਨੂੰ ਕੋਈ ਨਵਾਂ ਨੁਸਖਾ ਦੱਸਣਾ ਹੈ ਲੇਕਿਨ why i am telling these crellu nuske home remedies so that you can get rid of the diabetes permanently and i mean that jinna logan ne mere program dekh ke fayda uthaya aur mainu calls karke emails karke thank you kita kai meri website te vi likh dende mere ko kadi time hi ni main dekhya vi ni kyunki jadon toaddi mainu call aandi hai ਮੇਰੇ ਕੋਲ ਥੋੜਾ ਟਾਈਮ ਹੁੰਦਾ ਪਰ ਫਿਰ ਵੀ ਤੁਸੀਂ ਨੋਟ ਕਰਨਾ ਮੈਂ ਤੁਹਾਡੀ ਗੱਲ ਵੀ ਸੁਣਨੀ ਤੁਹਾਡੀ ਫਾਈਲ ਬਣਾ ਕੇ ਤੁਹਾਨੂੰ ਮੈਡੀਸਨ ਵੀ ਕਿੰਨੀ ਜਲਦੀ ਯੂਪੀਐਸ ਦੇ ਥਰੂ ਤੀਜੇ ਦਿਨ ਦਵਾਈ ਆਲ ਓਵਰ ਕੈਲੀਫੋਰਨੀਆ 95% ਸਪਲਾਈ ਮੇਰੀ ਕੈਲੀਫੋਰਨੀਆ ਜਾ ਚੁੱਕੀ ਆਲਰੇਡੀ ਫਾਰ ધ ਲਾਸਟ ਸੋ ਮਨੀ ইয়ারਸ ਔਰ ਹਰ ਬਿਮਾਰੀ ਲਈ 슈ਗਰ ਲਈ ਤਾਂ ਖਾਸ ਕਰਕੇ ਔਰ ਸੈਕਸ ਲਈ ਖਾਸ ਕਰਕੇ ਗੁਪਤ ਰੋਗਾਂ ਦੀ 슈ਗਰ ਦੀ ਬਲੱਡ ਪ੍ਰੈਸ਼ਰ ਦੀ ਕੋਲੇਸਟ੍ਰੋ ਦੀ ਕੈਲੀਫੋਰਨੀਆ ਔਰ ਕੈਨੇਡਾ ਜਿਆਦਾ ਜਾਂਦੀ ਹੈ ਲੋਕਲ ਪੇਸ਼IENTS ਤੇ ਆ ਕੇ ਇਥੇ ਕੈਸ਼ ਪੇ ਕਰਦੇ ਬਾਕੀ ਤੁਸੀਂ ਦੇਖੋ ਮੈਨੂੰ ਜਿਸ ਤਰ੍ਹਾਂ ਮਰਜ਼ੀ ਪੇ ਕਰਦੇ ਹੋ ਪਰ ਮੈਂ ਤੁਹਾਡੀ ਦਵਾਈ ਤੀਜੇ ਦਿਨ ਤੁਹਾਨੂੰ ਕਰ ਔਰ ਫਿਰ ਉਹਦੇ ਤੇ ਸਾਰਾ ਲਿਖਿਆ ਹੁੰਦਾ ਔਰ ਫਿਰ ਜੇ ਤੁਹਾਨੂੰ ਦਵਾਈ ਮਿਲਦੀ ਹੈ ਦੁਬਾਰਾ ਮੈਨੂੰ ਕਾਲ ਕਰਦੇ ਫਿਰ ਵੀ ਮੈਂ ਉਸ ਤੁਹਾਡੀ ਗੱਲ ਸੁਣਦਾ ਜਵਾਬ ਦਿੰਦਾ ਇਸ ਕਰਕੇ ਐਲ ਤੇ ਆਪਾਂ ਗੱਲ ਕਰਦੇ ਕਰਦੇ ਲੋਕੀ ਜੂਸ ਬਾਰੇ ਯਾਦ ਰੱਖਣਾ ਕਿ ਲੋਕੀ ਕੋੜੀ ਨਾ ਹੋਵੇ ਟੈਸਟ ਪਹਿਲਾਂ ਟੈਸਟ ਕਰ ਲੈਣੀ ਮਿੱਠੀ ਹੋਵੇ ਉਹਦਾ ਜੂਸ ਬਣਾ ਕੇ ਗ੍ਰਾਈਂਡਰ ਚ ਬਣਾਓ ਮਿਕਸਰ ਚ ਬਣਾਓ ਬਲੈਂਡਰ ਚ ਬਣਾਓ ਆਮਲਾ ਜੂਸ ਮਿਕਸ ਕਰਕੇ ਉਹਨੂੰ ਥੋੜੇ ਦਿਨ ਦੇ ਬਾਅਦ ਦਾ ਰਿਜ਼ਲਟ ਵੀ ਦੇਖੋ ਔਰ ਫਿਰ ਆਪਣੀ 슈ਗਰ ਤੁਸੀਂ ਬੇਸ਼ੱਕ ਜਦੋਂ ਮਰਜ਼ੀ ਟੈਸਟ ਕਰ ਲੈਣਾ ਜੇ 1 ਮਹੀਨਾ ਲਗਾਤਾਰ ਕਰਕੇ ਦੇਖ ਲਓ ਆਪਣੇ ਆਪੇ ਪਤਾ ਲੱਗ ਜਾਏ ਤੁਹਾਡਾ ए1सी ਕਿੱਥੇ ਜਾਂਦਾ ਹੈ ਕੋਈ ਇਨਸੂਲਿਨ ਲਵਾਉਣ ਦੀ ਲੋੜ ਨਹੀਂ ਕੋਈ ਮੈਟਫਾਰਮਿਨ ਖਾਣ ਦੀ ਲੋੜ ਨਹੀਂ ਕੋਈ ਐਕਟੋਸ ਜੇਨੀਵਿਆ ਜੈਨੋਮਿਡ ਖਾਣ ਦੀ ਲੋੜ ਨਹੀਂ ਗਲਿਪਜ਼ਾਈਡ ਗਾਣ ਦੀ ਲੋੜ ਨਹੀਂ ਜਦੋਂ ਸਾਡੀ ਤੁਹਾਨੂੰ ਦਵਾਈ ਪਹੁੰਚੀ ਡਾਇਬਟਿਕ ਫਾਰਮੂਲੇ ਦੇ ਨਾਲ ਬੇਸ਼ੱਕ ਉਸੇ ਵੇਲੇ ਬੰਦ ਕਰ ਦਿਓ ਭਾਵੇਂ ਹੌਲੀ ਹੌਲੀ ਬੰਦ ਕਰ ਦਿਓ ਥਿਸ ਇਜ਼ ਯੂਰ ਓਨ ਚੁਆਇਸ ਬਿਕਾਜ਼ ਜੇ ਤੁਸੀਂ ਕਰੇ ਲੂ ਨੁਸਖੇ ਕਰੋਗੇ ਐਕਸਰਸਾਈਜ਼ ਕਰੋਗੇ ਸ਼ਰਾਬ ਛੱਡੋਗੇ ਮੋਟਾਪਾ ਘਟਾਓਗੇ ਨਹੀਂ ਤੇ ਇਹਨਾਂ ਤਰੇਲੂ ਨੁਸਖਿਆਂ ਦੇ ਨਾਲ ਆਪਣਾ ਮੋਟਾਪਾ ਵੀ ਘਟਾ ਸਕਦੇ ਹੋ ਲੌਕੀ ਤੋਂ ਬਾਅਦ ਆ ਗਈ ਗੱਲ ਲਿਕੋਰਾਈਸ ਲਿਕੋਰਾਈਸ ਇੱਕ ਐਸੀ ਚੀਜ਼ ਹੈ ਜਿਹੜੂ ਆਪਾਂ ਪੰਜਾਬੀ ਵਿੱਚ ਮਲਠੀ ਕਹਿੰਦੇ ਆ ਲੇਕਿਨ ਉਹ 슈ਗਰ ਲਈ ਉਹਨਾਂ ਲਈ ਜਿਹਨਾਂ ਦੀ ਹਾਈਪੋਗਲਾਈਸਮੀਆ ਜਿਨ੍ਹਾਂ ਦੀ 슈ਗਰ ਘਟ ਹੈ ਹਾਈਪੋਗਲਾਈਸਮੀਆ ਕਿਉਂਕਿ ਫਾਰ ਯੂਰ ਨੋਲੇਜ ਆਈ ਹੈਵ ਟੋਲਡ ਯੂ ਇਨ ਮੈਨੀ ਐਪੀਸੋਡਸ ਕਿ ਡਾਇਬੀਟਿਸ ਨਾਲ ਵਧੀ ਨਾਲ 슈ਗਰ ਨਾਲ ਕਦੀ ਡੈਥ ਨਹੀਂ ਹੁੰਦੀ 슈ਗਰ ਘਟ ਹੀ ਨਾਲ ਡੈਥ ਹੁੰਦੀ ਹੈ that is called hypoglycemic shock ਜਿੱਦਾਂ anaphylactic shock ਹੁੰਦਾ ਇਸੇ ਤਰ੍ਹਾਂ ਹੀ hypoglycemic shock ਹੋ ਜਾਂਦਾ ਹੈ hypoglycemic ਜਿਨ੍ਹਾਂ ਦਾ ਸ਼ੂਗਰ ਘਟੀ ਹੁੰਦੀ ਉਹਨਾਂ ਦੀ hypoglycemic patients ਲਈ licorice ਅੱਛੀ ਚੀਜ਼ ਹੈ ਕਿਉਂ ਫਿਰ ਉਹ ਸ਼ੂਗਰ ਲੈਵਲ ਨੂੰ ਲੈਵਲ ਤੇ ਲੈ ਆਂਦੀ ਹੈ ਛੋਟੀ ਜੀ ਇੱਕ ਨਾਲ ਤੁਹਾਨੂੰ ਦੱਸੀ ਜਿਹਨੂੰ ਆਪਾਂ ਮਲਠੀ ਕਹਿੰਦੇ ਆ ਐਦਾਂ ਤਾਂ ਮੈਂ ਕਈ ਚੀਜ਼ਾਂ ਦੱਸ ਚੁੱਕਿਆ ਜਿਦਾਂ ਚਾਹ ਜਦੋਂ ਮੈਂ ਦੱਸਿਆ ਤੁਹਾਨੂੰ ਦਾਲਚੀਨੀ ਦੀ ਚਾਹ ਹੂੰ ਇਸੇ ਤਰ੍ਹਾਂ ਹੀ ਆ ਗਈ ਸੀ licorice ਔਰ ਫਿਰ ਲਸਣ ਆਲਰੇਡੀ ਗੀਟਾ گارਲਿਕ ਬਾਰੇ ਗੱਲ ਕਰ ਚੁੱਕੇ ਆ ਐਲ ਤੇ ਜੋ ਮਾਈਂਡ ਚ ਆਵੇ ਮੋਸੇ ਵੇਲੇ ਉਹ ਹੀ ਚੀਜ਼ ਤੇ ਆ ਜਾਣਾ ਲਸਣ ਦੇਖੋ ਬਹੁਤ ਅੱਛੀ ਚੀਜ਼ ਆ ਲਸਣ 슈ਗਰ ਵਾਲਿਆਂ ਲਈ ਬਲੱਡ ਪ੍ਰੈਸ਼ਰ ਵਾਲਿਆਂ ਲਈ ਕੋਲੇਸਟ੍ਰੋਲ ਵਾਲਿਆਂ ਲਈ ਮੋਟਾਪੇ ਲਈ ਸੈਕਸ ਵਾਲਿਆਂ ਲਈ ਲਸਣ ਬਹੁਤ ਅੱਛੀ ਚੀਜ਼ ਆ ਪਾਵੇਂ ਦੋ ਤੁਰੀਆਂ ਤੁਸੀਂ ਕੱਚੀਆਂ ਸਵੇਰੇ ਉੱਠ ਕੇ ਖਾ ਲੋ گارਲਿਕ ਜੂਸ ਲਓ ਤ੍ਰਿਫਲਾ ਜੂਸ گارਲਿਕ ਜੂਸ ਜਿਹੜੀ ਕੱਚੇ ਤੁਰੀਆਂ ਦੋ ਖਾਣੀਆਂ ਉਹ ਅੱਛੀਆਂ ਹੁੰਦੀਆਂ ਕਿਉਂਕਿ ਇਹਦੇ ਚ ਨਾਲ ਸਲਫਰ ਵੀ ਹੁੰਦਾ ਹੈ ਸਮੈਲ ਕਰਕੇ ਸਲਫਰ ਦੇ ਕਰਕੇ ਕਈ ਸਾਡੇ ਕੋਲ ਤੇ گارਲਿਕ ਇਹੋ ਜੀ ਫਾਰਮ ਚ ਹੁੰਦਾ گارਲਿਕ ਜੇ ਟੈਬਲੇਟਸ ਹੁੰਦੀਆਂ ਕਲੋਬਸ ਹੁੰਦੇ ਆ ਸੌਫਟ ਜੈਲਸ ਹੁੰਦੇ ਆ ਲੇਕਿਨ ਉਹਨਾਂ ਨੂੰ ਫਿਰ ਤੁਹਾਨੂੰ ਸਮੈਲ ਨਹੀਂ ਆਂਦੀ ਮੈਂ ਤੇ ਤੁਹਾਨੂੰ ਇਸ ਕਰਕੇ ਦੱਸ ਰਿਹਾ ਉਹਨਾਂ ਕਿ ਤੁਹਾਨੂੰ ਫ੍ਰੀ ਜਿਹੜੀ ਮੇਰੇ ਘਰੇਲੂ ਨੁਸਖੇ ਤੁਹਾਡੇ ਕੰਮ ਆ ਜਾਣ ਲੇਕਿਨ ਜੇ ਅਸੀਂ گارਲਿਕ ਦਵਾਂਗੇ ਤੇ ਅਸੀਂ ਕੱਲਾ گارਲਿਕ ਨਹੀਂ ਹੋਏਗਾ ਉਹਦੇ ਨਾਲ ਬਹੁਤ ਕੁਝ ਹੁੰਦਾ گارਲਿਕ ਵਿਦ ਲੈਸਥੈਥਨ گارਲਿਕ ਵਿਦ ਵਿਟਾਮਿਨ A ਹੈ ਗਾਰਲਿਕ ਵਿਦ ਹਾਥਰਨ ਬੈਰੀ ਉਹ ਫਿਰ ਉਹ ਫਿਰ ਇੱਕ ਇੱਕ ਨੁਸਖੇ ਦੇ ਵਿੱਚ ਔਰ ਵੈਸੇ ਚਿੰਤਾ ਦੀ ਲੋੜ ਨਹੀਂ ਇਹ ਤੁਹਾਡੀ ਨੋਲਿਜ ਵਧਾ ਰਹੇ ਹੋ ਨਾ ਮੇਰੀ ਜਦੋਂ ਤੁਹਾਨੂੰ ਡਾਇਬਟੀਜ਼ ਫਾਰਮੂਲਾ ਪਹੁੰਚੇ ਭਾਵੇਂ ਬਲੱਡ ਪ੍ਰੈਸ਼ਰ ਦਾ ਭਾਵੇਂ ਕੋਲੇਸਟ੍ਰੋਲ ਦਾ ਉਹਨਾਂ ਚ ਆਲਰੇਡੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਮੇਰਾ ਆਪਣਾ ਸਪੈਸ਼ਲ ਡਾਇਬਟੀਜ਼ ਦਾ ਫਾਰਮੂਲਾ ਜਦੋਂ ਪਾਊਡਰ ਵਾਲਾ ਕਿਸੇ ਨੂੰ ਪਹੁੰਚਦਾ ਉਹਦੇ ਚ ਤੁਸੀਂ ਇਹ ਸਮਝੋ ਕੋਈ ਇੱਕ ਤਾਂ ਜ਼ਿਆਦਾ ਵੀ ਨਹੀਂ ਖਾਣ ਦੀ ਲੋੜ ਅੱਧਾ ਚਮਚਾ ਹੀ ਬਹੁਤ ਹੁੰਦਾ ਜਿਨ੍ਹਾਂ ਨੂੰ ਬਹੁਤ ਜ਼ਿਆਦਾ weight ਹੈ ਦੇਖੋ ਮੈਨੂੰ ਉਹ ਫਿਰ ਉਹਨਾਂ ਹੀ ਜ਼ਿਆਦਾ ਮਾਤਰਾ ਚ ਦੇਣਾ ਪੈਂਦਾ ਲੇਕਿਨ ਉਹਦੇ ਮੈਂ ਕੋਈ ਐਕਸਟਰਾ ਕਦੀ ਚਾਰਜ ਨਹੀਂ ਕੀਤੇ ਔਰ ਉਹਦੇ ਚ ਸਾਰੀ ਦੁਨੀਆ ਦੀਆਂ ਚੀਜ਼ਾਂ ਪਾਈਆਂ ਹੁੰਦੀਆਂ ਡਾਇਆਪਟਿਕ ਫਾਰਮੂਲਾ ਭਾਵੇਂ ਮੈਂ ਤੁਹਾਨੂੰ ਪਾਊਡਰ ਫਾਰਮ ਚ ਦਵਾਵਾਂ ਭਾਵੇਂ ਟੈਬਲੇਟ ਫਾਰਮ ਚ ਦਵਾਵਾਂ ਭਾਵੇਂ ਕੈਪਸੂਲ ਫਾਰਮ ਚ ਦਵਾਵਾਂ ਜਾਂ ਭਾਵੇਂ ਦੋਨੇ ਚੀਜ਼ਾਂ ਦਵਾਵਾਂ ਡਿਪੈਂਡਿੰਗ ਓਨ ਦ ਹਿਸਟਰੀ ਆਫ ਦ ਪੇਸ਼ੈਂਟ ਪੇਸ਼ੈਂਟ ਹਿਸਟਰੀ ਇਜ਼ ਵੈਰੀ ਇੰਪੋਰਟੈਂਟ ਡਾਕਟਰ ਪੇਸ਼ੈਂਟ ਰਿਲੇਸ਼ੀਅਨਸ਼ਿਪ ਇਜ਼ ਵੈਰੀ ਇੰਪੋਰਟੈਂਟ ਆਈ ਲਿਸਨ ਟੂ ਯੂ ਐਂਡ ਆਈ ਆਲਵੇਸ ਐਡਵਾਈਸ ਯੂ ਐਂਡ ਆਈ ਆਲਵੇਸ ਟੈਲ ਯੂ ਦ ਫਰੀ ਨੁਸਕੇ ਕਰੇ ਲੂ ਨੁਸਕੇ ਉਹ ਇਸ ਕਰਕੇ ਕਿਉਂਕਿ 슈ਗਰ ਦੀ ਬਿਮਾਰੀ ਤੋਂ ਜੇ ਬਚਣਾ ਤੇ ਜਾਂ ਆਯੁਰਵੈਦਿਕ ਜਾਂ ਨੈਚੁਰਲ ਹੋਮੋਪੈਥਿਕ ਤਰੀਕੇ ਹੈ ਲੇਕਿਨ ਬਸ਼ਰਤੇ ਕਿ ਤੁਹਾਨੂੰ ਕੋਈ ਗਾਈਡ ਕਰੇ ਪ੍ਰੋਪਰਲੀ ਇਸ ਕਰਕੇ ਅੱਲ ਤੇ ਆਪਾਂ ਅੱਜ ਗੱਲ ਕੀਤੀ ਮੇਨਲੀ ਲੋਕੀ ਜੂਸ ਬਾਰੇ ਲੇਕੋਰਾਈਸ ਬਾਰੇ ਔਰ ਲਸਣ ਬਾਰੇ ਲਸਣ ਮੈਂ ਬਾਰ ਬਾਰ ਦੱਸਿਆ ਵੀ ਬਹੁਤ ਅੱਛੀ ਚੀਜ਼ ਹੈ ਔਰ ਇਹ ਹਰ ਪ੍ਰੋਗਰਾਮ ਹਰ ਐਪੀਸੋਡ ਚ ਹਜ਼ਾਰਾਂ ਪ੍ਰੋਗਰਾਮ ਅਜੇ ਤੱਕ ਟੀਵੀ ਤੇ ਨੈਸ਼ਨਲ ਚੈਨਲ ਸੇ ਦੱਸ ਚੁੱਕਾ ਔਰ ਮੈਂ ਇਹ ਦੱਸਿਆ ਕਿ 슈ਗਰ ਨਾਲ ਸ਼ੂਗਰ ਦੀਆਂ ਦਵਾਈਆਂ ਨਾਲ ਬਲੱਡ ਪ੍ਰੈਸ਼ਰ ਨਾਲ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਨਾਲ ਅੰਗਰੇਜ਼ੀ ਦਵਾਈਆਂ ਨਾਲ ਕੋਲੇਸਟ੍ਰੋਲ ਨਾਲ ਕੋਲੇਸਟ੍ਰੋਲ ਦੀਆਂ ਅੰਗਰੇਜ਼ੀ ਦਵਾਈਆਂ ਨਾਲ ਅੰਗਰੇਜ਼ੀ ਦਵਾਈਆਂ ਮੀਨਸ ਮਾਡਰਨ ਮੈਡੀਸਿਨ ਜਿਹੜੇ ਤੁਹਾਡੇ ਡਾਕਟਰ ਤੁਹਾਨੂੰ ਪ੍ਰਿਸਕ੍ਰਾਈਬ ਕਰਦੇ ਨੇ ਮਰਦਾਨੀ ਤਾਕਤ ਉਹਦੇ ਨਾਲ ਮਿੱਟੀ ਔਰ ਜੇ ਅਸੀਂ ਤੁਹਾਨੂੰ ਦੇਸੀ ਦਵਾਈ ਦਵਾਂਗੇ ਤੇ ਮਰਦਾਨੀ ਤਾਕਤ ਵੱਲ ਵੀ ਫਾਇਦਾ ਹੋਏਗਾ ਬਸ਼ਰਤੇ ਕਿ ਉਹ ਚੀਜ਼ਾਂ ਤੁਹਾਨੂੰ ਕੋਈ ਪੇਰ ਮਿਲਣ ਹਾਂ ਇਹਦੇ ਚ ਕੋਈ ਸ਼ੱਕ ਨਹੀਂ ਕਿ ਹਰ ਸ਼ੂਗਰ ਦੇ ਮਰੀਜ਼ ਨੇ ਮੇਰੇ ਕੋਲੋਂ ਨਾਲ ਗੁਪਤ ਰੋਗਾਂ ਦੀ ਵੀ ਦਵਾਈ ਮੰਗਾਈ ਉਹ ਮੈਂ ਟੀਵੀ ਤੇ ਜ਼ਿਆਦਾ ਕਈ ਵਾਰੀ ਡਿਸਕਸ ਨਹੀਂ ਕਰਨਾ ਹੁੰਦਾ ਕਿਉਂਕਿ ਸਾਡਾ ਫੈਮਿਲੀ ਸ਼ੋ ਹੁੰਦਾ ਸੋ ਪਿਆਰੇ ਦਰਸ਼ਕੋ ਤੁਹਾਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੋਵੇ ਡਾਕਟਰ ਕੁਮਾਰ ਇਸ ਜਸਟ ਅ ਫੋਨ ਕਾਲਵੇ ਮਾਈ ਨੰਬਰ ਇਸ ਔਨ ਦਾ ਸਕਰੀਨ ਮਾਈ ਵੈਬਸਾਈਟ ਇਨਫੋਰਮੇਸ਼ਨ ਇਜ਼ ਔਨ ਦਾ ਸਕਰੀਨ ਯੂ ਕੈਨ ਲੌਗ ਇਨ ਟੂ ਦਾ ਯੂ ਟਿਊਬ ਯੂ ਕੈਨ ਵਾਚ ਆਲ ਦੋਜ਼ ਐਪੀਸੋਡਸ ਪੁੱਟ ਡਾਕਟਰ ਕੁਮਾਰ ਹਰਬਲਿਸਟ ਪੁਰਾਣੇ ਐਪੀਸੋਡਸ ਪੁਰਾਣੇ ਚੈਨਲ ਸਿਵਦੇਸ ਦੇ ਇਸ α 80c ਚੈਨਲ ਤੇ ਤੁਸੀਂ ਮੈਨੂੰ ਹਰ ਹਫਤੇ ਦੇਖਿਆ ਕਰੋਗੇ ਨੈਕਸਟ ਟਾਈਮ ਵੀ ਵਿਲ ਡਿਸਕਸ ਅਬਾਊਟ ਸਮਥਿੰਗ ਨਮਸਕਾਰ ਸਤ ਸ੍ਰੀ ਅਕਾਲ ਆਦਾਵ ਥੈਂਕਸ ਫਾਰ ਵਾਚਿੰਗ ਟੂ ਮੀ ਐਂਡ ਲਿਸਨਿੰਗ ਟੂ ਮੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ